ਮਨਦੀਪ ਸਿੱਧੂ, ਦੀਪ ਸਿੱਧੂ ਦਾ ਭਰਾ ਹੈ ਜਿਹੜਾ, ਉਹ ਆਲਰੇਡੀ ਅੰਮ੍ਰਿਤਪਾਲ ਨੂੰ ਜਿਹੜਾ ਹੈ ਮਿਲ ਕੇ ਆ ਚੁੱਕਿਆ। ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਕੈਦ ਹੈ, ਉਸਦੇ ਪੇਰੈਂਟਸ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਕਿ ਉਹਨੂੰ ਜਿਹੜਾ ਹੈ ਉੱਥੋਂ ਦੀ ਇੱਥੇ ਲਿਆਂਦਾ ਜਾਵੇ ਭੁੱਖ ਹੜਤਾਲ ਕਰਕੇ ਉੱਥੇ ਬੈਠੇ ਹੋਏ ਨੇ। ਮਨਦੀਪ ਸਿੱਧੂ ਹੈ, ਇਸ ਨੇ ਉੱਥੇ ਉਸ ਇਕੱਠ ਦੇ ਵਿੱਚ ਜਾਣਾ ਸੀ, ਲੋਕਾਂ ਨੂੰ ਜਿਹੜਾ ਸੰਬੋਧਨ ਕਰਨਾ ਸੀ। ਪੁਲਿਸ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦੀ ਖਦਸ਼ਾ ਸੀ ਕਿ ਸ਼ਾਇਦ ਉੱਥੇ ਕੱਲ੍ਹ ਨੂੰ ਕੋਈ ਵੱਡਾ ਜਿਹੜਾ ਇਕੱਠ ਹੋਏਗਾ ਉਸਦੇ ਵਿੱਚ ਕੋਈ ਦੰਗਾ ਨਾ ਹੋ ਜਾਵੇ, ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸਿਹਤ ਹੈ ਉਹ ਵੀ ਖਰਾਬ। ਜੀ ਬਿਲਕੁਲ, ਸਿਹਤ ਬਿਲਕੁਲ ਖਰਾਬ ਹੁੰਦੀ ਨਜ਼ਰ ਆਈ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ, ਤੁਹਾਨੂੰ ਦੱਸ ਦਈਏ ਲੁਧਿਆਣਾ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਕਿ ਸੂਤਰਾਂ ਦੇ ਹਵਾਲੇ ਤੱਕ ਹੁਣੇ ਖਬਰ ਆਈ ਹੈ ਕਿ ਮਨਦੀਪ ਸਿੱਧੂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿੱਤਾ। ਤਾਂ ਤੁਹਾਨੂੰ ਦੱਸ ਦਈਏ ਮਨਦੀਪ ਸਿੱਧੂ ਦੀਪ ਸਿੱਧੂ ਦਾ ਭਰਾ ਹੈ, ਤਾਂ ਹੁਣੇ ਹੁਣੇ ਜਿਹੜਾ ਪੁਲਿਸ ਨੇ ਉਸਨੂੰ ਹਿਰਾਸਤ ਦੇ ਵਿੱਚ ਲਿੱਤਾ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ, ਤਾਂ ਸਾਡੇ ਨਾਲ ਵਧੇਰੀ ਜਾਣਕਾਰੀ ਲਈ ਅਮਰਜੋਤ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਕਿਵੇਂ ਲੱਗਦਾ ਹੈ ਕਿ ਦੀਪ ਸਿੱਧੂ ਦੇ ਭਰਾ ਨੂੰ ਮਨਦੀਪ ਸਿੱਧੂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ, ਕੀ ਕਾਰਨ ਕੀ ਹੈ, ਕਿਉਂ ਲਿੱਤਾ ਗਿਆ ਉਸਨੂੰ? ਦੇਖੋ, ਜਿਹੜੀ ਗੱਲ ਹੈ ਸਾਹਮਣੇ ਆ ਰਹੀ ਹੈ ਕਿ ਮਨਦੀਪ ਸਿੱਧੂ, ਦੀਪ ਸਿੱਧੂ ਦਾ ਭਰਾ ਹੈ ਜਿਹੜਾ, ਉਹ ਆਪਣੇ ਚੈਂਬਰ ਦੇ ਵਿੱਚ ਬੈਠਾ ਸੀ, ਕਿਉਂਕਿ ਉਹ ਵਕੀਲ ਹੈ ਅਤੇ ਚੈਂਬਰ ਦੇ ਵਿੱਚ ਉਸਨੂੰ ਜਿਹੜਾ ਹਿਰਾਸਤ ਦੇ ਵਿੱਚ ਲਿੱਤਾ ਹੈ। ਖਬਰ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਹੈ, ਪਰ ਵੱਡੀ ਜਾਣਕਾਰੀ ਇਹ ਹੈ ਕਿ ਉਹ ਆਲਰੇਡੀ ਅੰਮ੍ਰਿਤਪਾਲ ਨੂੰ ਜਿਹੜਾ ਹੈ ਮਿਲ ਕੇ ਆ ਚੁੱਕਿਆ। ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਕੈਦ ਹੈ, ਉਸਨੂੰ ਕਈ ਵਾਰ ਮਿਲ ਕੇ ਆਇਆ, ਅਤੇ ਜਿਵੇਂ ਸਾਰੇ ਜਣੇ ਜਾਣਦੇ ਹੋਣਗੇ ਕਿ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਉਸਦੇ ਪੇਰੈਂਟਸ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਕਿ ਉਹਨੂੰ ਜਿਹੜਾ ਹੈ ਉੱਥੋਂ ਦੀ ਇੱਥੇ ਲਿਆਂਦਾ ਜਾਵੇ ਭੁੱਖ ਹੜਤਾਲ ਕਰਕੇ ਉੱਥੇ ਬੈਠੇ ਹੋਏ ਨੇ। ਜੀ ਬਿਲਕੁਲ, ਤਾਂ ਉਸ ਦੇ ਸਾਰੇ ਪ੍ਰੋਸੈਸ ਦੇ ਵਿੱਚ ਹੀ ਕੱਲ੍ਹ ਨੂੰ ਜਿਹੜਾ ਹੈ ਇੱਕ ਬਹੁਤ ਵੱਡਾ ਇਕੱਠ ਉਹਨਾਂ ਨੇ ਉੱਥੇ ਕਰਨਾ ਅੰਮ੍ਰਿਤਸਰ ਦੇ ਵਿੱਚ, ਕਾਫੀ ਲੋਕ ਜਿਹੜੇ ਉੱਥੇ ਪਹੁੰਚਣਗੇ, ਅਤੇ ਜਿਸ ਦੇ ਕਰਕੇ ਦੀਪ ਸਿੱਧੂ ਦਾ ਭਰਾ ਜਿਹੜਾ ਮਨਦੀਪ ਸਿੱਧੂ ਹੈ, ਇਸ ਨੇ ਉੱਥੇ ਉਸ ਇਕੱਠ ਦੇ ਵਿੱਚ ਜਾਣਾ ਸੀ, ਲੋਕਾਂ ਨੂੰ ਜਿਹੜਾ ਸੰਬੋਧਨ ਕਰਨਾ ਸੀ। ਆਲਰੇਡੀ ਅੰਮ੍ਰਿਤਪਾਲ ਨੂੰ ਮਿਲ ਕੇ ਆਇਆ ਹੋਇਆ, ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦੀ ਖਦਸ਼ਾ ਸੀ ਕਿ ਸ਼ਾਇਦ ਉੱਥੇ ਕੱਲ੍ਹ ਨੂੰ ਕੋਈ ਵੱਡਾ ਜਿਹੜਾ ਇਕੱਠ ਹੋਏਗਾ ਉਸਦੇ ਵਿੱਚ ਕੋਈ ਦੰਗਾ ਨਾ ਹੋ ਜਾਵੇ, ਕੋਈ ਵੱਡੀ ਗੱਲ ਜਿਹੜੀ ਇੱਦਾਂ ਦੀ ਨਾ ਹੋ ਜਾਵੇ, ਤਾਂ ਪ੍ਰਿਕੋਸ਼ਨਰੀ ਮੈਜਰਸ ਦੇ ਉੱਪਰ ਸ਼ਾਇਦ ਜਿਹੜਾ ਹੈ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਹੈ। ਫਿਲਹਾਲ ਇਹ ਗੱਲ ਦੱਸੀ ਜਾ ਰਹੀ ਹੈ ਕਿ ਉਹਨਾਂ ਨੂੰ ਸ਼ਾਇਦ ਜਿਹੜਾ ਹੈ ਲੁਧਿਆਣੇ ਦੇ ਵਿੱਚ ਆਤਮ ਪਾਰਕ ਜਿਹੜਾ ਥਾਣਾ ਉੱਥੇ ਜਿਹੜਾ ਹੈ ਉੱਥੇ ਰੱਖਿਆ ਗਿਆ, ਪਰ ਇਹ ਗੱਲ ਫਿਲਹਾਲ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੇ ਵੱਡੇ ਅਫਸਰ ਨੇ ਉਹਨਾਂ ਨਾਲ ਗੱਲ ਕਰਨ ਦੀ, ਪਰ ਕਿਸੇ ਵੱਲੋਂ ਵੀ ਕੋਈ ਪੁਸ਼ਟੀ ਨਹੀਂ ਦਿੱਤੀ ਗਈ ਹੈ, ਕਿਸੇ ਵੱਲੋਂ ਵੀ ਗੱਲ ਨਹੀਂ ਕੀਤੀ ਗਈ ਸਾਡੇ ਨਾਲ, ਪਰ ਇਹ ਗੱਲ ਜਿਹੜੀ ਹੈ ਇਹ ਅਗੇਨ ਦੱਸੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਚੈਂਬਰ ਦੇ ਵਿੱਚੋਂ ਜਿਹੜਾ ਪੁਲਿਸ ਨੇ ਹਿਰਾਸਤ ਦੇ ਵਿੱਚ ਲਿੱਤਾ। ਤਾਂ ਜਿਵੇਂ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਇਕੱਠ ਹੋਣਾ, ਤਾਂ ਉਸ ਨੂੰ ਲੈ ਕੇ ਕਿ ਉੱਥੇ ਨਾ ਪਹੁੰਚਣ, ਉਹਨਾਂ ਨੂੰ ਸੰਬੋਧਿਤ ਨਾ ਕਰ ਸਕੇ, ਕਿਉਂਕਿ ਵੱਡੇ ਕਾਫੀ ਚਿਰਾਂ ਤੋਂ ਜਿਹੜਾ ਇਹ ਡਿਮਾਂਡ ਕੀਤੀ ਜਾ ਰਹੀ ਕਿ ਅੰਮ੍ਰਿਤਪਾਲ ਨੂੰ ਲੁਧਿਆਣਾ ਜਾਂ ਫਿਰ ਪੰਜਾਬ ਦੇ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ, ਤਾਂ ਇਸ ਦੇ ਜਿਸ ਤਰ੍ਹਾਂ ਪਿੱਛੇ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਹੋਈ ਹੈ, ਤਾਂ ਲਗਾਤਾਰ ਕੋਈ ਵੱਡੀ ਖਬਰ ਆਉਣ ਦੀ ਵੀ ਆਸ਼ੰਕਾ ਜਿਹੜੀ ਉਹ ਦੱਸੀ ਜਾ ਰਹੀ ਅੰਮ੍ਰਿਤਪਾਲ ਨੂੰ ਲੈ ਕੇ। ਬਿਲਕੁਲ ਇਹੀ ਗੱਲ ਹੈ, ਕਿਉਂਕਿ ਜਿਹੜੀ ਸਰਕਾਰ ਹੈ ਆਲਰੇਡੀ ਉਹ ਇਸ ਚੀਜ਼ 'ਤੇ ਬੜੇ ਧਿਆਨ ਰੱਖਦੀ ਹੈ ਕਿ ਦੰਗਾ ਨਾ ਹੋਵੇ, ਜਿਹੜੀ ਚੀਜ਼ ਤੋਂ ਥੋੜ੍ਹਾ ਜਿਹਾ ਲੱਗਦਾ ਸ਼ੱਕ ਹੈ ਕਿ ਕੋਈ ਗੱਲ ਇੱਦਾਂ ਦੀ ਹੋ ਸਕਦੀ ਹੈ, ਤਾਂ ਉਸ ਤੋਂ ਪਹਿਲਾਂ ਇਹ ਪ੍ਰਿਕੋਸ਼ਨ ਜਿਹੜਾ ਲਿੱਤੇ ਜਾਂਦੇ ਨੇ, ਤਾਂ ਉਸੇ ਕਰਕੇ ਹੀ ਇਹ ਗੱਲ ਦੱਸੀ ਜਾ ਰਹੀ ਹੈ ਕਿ ਜਿਹੜਾ ਮਨਦੀਪ ਸਿੱਧੂ ਹੈ ਉਸਨੂੰ ਪਹਿਲਾਂ ਹੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਕਿ ਉਹ ਅੰਮ੍ਰਿਤਸਰ ਨਾ ਪਹੁੰਚ ਸਕਣ, ਉੱਥੇ ਜਾ ਕੇ ਕੋਈ ਇੱਦਾਂ ਦੀ ਗੱਲ ਨਾ ਕਰ ਦੇਣ ਜਿਹਦੇ ਕਰਕੇ ਜਿਹੜਾ ਦੰਗਾ ਜ਼ਿਆਦਾ ਭੜਕ ਜਾਵੇ, ਕਿਉਂਕਿ ਇਕੱਠ ਬਹੁਤ ਵੱਡਾ ਹੋਏਗਾ ਸੰਗਤ ਦਾ, ਉੱਥੇ ਆਲਰੇਡੀ ਇੰਨੇ ਦਿਨਾਂ ਤੋਂ ਜਿਹੜੀ ਸੰਗਤ ਬੈਠੀ ਹੈ ਉੱਥੇ, ਉਹ ਪਹਿਲਾਂ ਹੀ ਰੋਸ ਦੇ ਵਿੱਚ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਹੈ ਉਹ ਵਾਪਸ ਨਹੀਂ ਲਿਆਂਦਾ ਜਾ ਰਿਹਾ, ਕਿਉਂਕਿ ਪਿੱਛੇ ਜੇ ਖਬਰ ਇਹ ਵੀ ਆਈ ਸੀ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸਿਹਤ ਹੈ ਉਹ ਵੀ ਖਰਾਬ ਜੀ, ਬਿਲਕੁਲ ਸਿਹਤ ਬਿਲਕੁਲ ਖਰਾਬ ਹੁੰਦੀ ਨਜ਼ਰ ਆਈ, ਉੱਥੇ ਉਹ ਭੁੱਖ ਹੜਤਾਲ ਤੇ ਸੀ, ਜਿਹੜਾ ਕੁਝ ਖਾਣਾ ਨਹੀਂ ਖਾ ਰਹੇ ਆ ਉਹ, ਉਹਨਾਂ ਦੇ ਪੇਰੈਂਟਸ ਇੱਥੇ ਜਿਹੜਾ ਹੈ ਮਾਪੇ ਉਹਨਾਂ ਦੇ ਇੱਥੇ, ਉਹ ਜਿਹੜਾ ਭੁੱਖ ਹੜਤਾਲ ਤੇ ਸੀ ਉਹਨਾਂ ਦੇ ਨਾਲ ਜਿਹੜੇ ਹੋਰ ਸਿੰਘ ਜਿਹੜੇ ਉੱਥੇ ਕੈਦ ਨੇ ਉਹ ਵੀ ਆਲਰੇਡੀ ਜਿਹੜਾ ਭੁੱਖ ਹੜਤਾਲ ਤੇ ਸੀਗੇ, ਤਾਂ ਸਿਹਤ ਕਾਫੀਆਂ ਦੀ ਖਰਾਬ ਹੋਈ ਹੈ, ਮੈਡੀਕਲੀ ਜਿਹੜਾ ਹੈ ਇਸ਼ੂਜ਼ ਉਹਨਾਂ ਦੇ ਪੇਰੈਂਟਸ ਨੂੰ ਵੀ ਆਏ ਨੇ, ਹਸਪੀਟਲ ਵੀ ਲਿਜਾਂਦਾ ਗਿਆ ਉਹਨਾਂ ਨੂੰ, ਤਾਂ ਉਸੇ ਦੇ ਜਿਹੜਾ ਹੈ ਅੱਗੇ ਤਹਿਤ ਕੱਲ੍ਹ ਨੂੰ ਇੱਕ ਵੱਡਾ ਇਕੱਠ ਜਿਹੜਾ ਸੱਦਿਆ ਗਿਆ ਸੀ, ਉੱਥੇ ਨਾ ਪਹੁੰਚ ਪਾਉਣ ਮਨਦੀਪ ਸਿੱਧੂ, ਇਸੇ ਕਰਕੇ ਹੋ ਸਕਦਾ ਕਿ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆਓ।